ਬਿਜਲੀ ਵਿਭਾਗ ਦੇ ਕਾਮਿਆਂ ਵੱਲੋਂ ਕੀਤੀ ਗਈ ਮੁਕੰਮਲ ਹੜਤਾਲ ਕਾਰਨ ਪੰਜਾਬ ਭਰ 'ਚ ਹਾਹਾਕਾਰ ਮੱਚਦੀ ਹੋਈ ਦਿਖਾਈ ਦੇ ਰਹੀ ਹੈ, ਕਿਉਂਕਿ ਬਿਜਲੀ ਵਿਭਾਗ ਦੇ ਰੈਗੂਲਰ ਮੁਲਾਜ਼ਮਾਂ ਦੇ ਨਾਲ ਨਾਲ ਠੇਕਾ ਮੁਲਾਜ਼ਮਾਂ ਵੱਲੋਂ ਵੀ ਹੁਣ 17 ਸਤੰਬਰ 3 ਮੰਗਲਵਾਰ ਤੱਕ ਮੁਕੰਮਲ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ ਅਤੇ ਕਿਹਾ ਕਿ ਜੇਕਰ ਕਿਤੇ ਵੀ ਬਿਜਲੀ ਦੀ ਕੋਈ ਦਿੱਕਤ ਪੇਸ਼ ਆਉਂਦੀ ਹੈ ਤਾਂ ਉਸਨੂੰ ਮੁਲਾਜ਼ਮ ਠੀਕ ਕਰਨ ਲਈ ਜਾਂ ਰਿਪੇਅਰ ਕਰਨ ਲਈ ਨਹੀਂ ਜਾਣਗੇ, ਜਿਸ ਕਾਰਨ ਲੋਕਾਂ ਦੀਆਂ ਮੁਸ਼ਕਲਾਂ 'ਚ ਵੀ ਇਜ਼ਾਫਾ ਹੁੰਦਾ ਦਿਖਾਈ ਦੇ ਰਿਹਾ ਹੈ। ਤਾਜ਼ੀਆਂ ਤਸਵੀਰਾਂ ਹੁਸ਼ਿਆਰਪੁਰ ਸ਼ਹਿਰ ਦੀਆਂ ਨੇ, ਜਿੱਥੇ ਕਿ ਹੁਸ਼ਿਆਰਪੁਰ 'ਚ ਅੱਜ ਲਗਾਤਾਰ ਚੌਥੇ ਦਿਨ ਬਿਜਲੀ ਵਿਭਾਗ ਦੇ ਮੁਲਾਜ਼ਮ ਧਰਨੇ 'ਤੇ ਡਟੇ ਹੋਏ ਨੇ ਅਤੇ ਉਹਨਾਂ ਵੱਲੋਂ ਪੰਜਾਬ ਸਰਕਾਰ ਦਾ ਰੱਜ ਕੇ ਪਿੱਟ ਸਿਆਪਾ ਕੀਤਾ ਜਾ ਰਿਹਾ। ਸੋ ਕੀ ਕੁਝ ਕਹਿਣਾ ਬਿਜਲੀ ਮੁਲਾਜ਼ਮਾਂ ਦਾ, ਆਓ ਕਰਦੇ ਹਾਂ ਗੱਲਬਾਤ। ਹੁਸ਼ਿਆਰਪੁਰ ਦੇ ਉਸਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ। ਮੈਂ ਜੀ ਸਰਕਲ ਪ੍ਰਧਾਨ ਇੰਦਰਪ੍ਰੀਤ ਸਿੰਘ। ਕਿਆ ਨਾਮ ਹੈ ਤੁਹਾਡਾ? ਸਰਕਲ ਪ੍ਰਧਾਨ ਇੰਦਰਪ੍ਰੀਤ ਸਿੰਘ ਜੀ। ਤੇ ਹੁਣ ਬਿਜਲੀ ਮੁਲਾਜ਼ਮਾਂ ਵੱਲੋਂ ਪੱਕੇ ਮੁਕ੮ਮਲ ਤੌਰ ਤੇ ਜਿਹੜਾ 17 ਸਤੰਬਰ ਦਿਨ ਮੰਗਲਵਾਰ ਤੱਕ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ ਹੈ, ਨਾ ਤਾਂ ਕਿਤੇ ਲਾਈਟ ਸਹੀ ਕੀਤੀ ਜਾਵੇਗੀ, ਜੇਕਰ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਬਿਜਲੀ ਮੁਲਾਜ਼ਮ ਕਿਸੇ ਵੀ ਤਰ੍ਹਾਂ ਦੇ ਨਾਲ ਚਸਤ ਮਸਤ ਨਹੀਂ ਹੋਣਗੇ। ਕੀ ਪੂਰਾ ਮੈਟਰ ਆ ਜੀ? ਮੈਟਰ ਇਹ ਹੈ ਜੀ, ਤੁਹਾਨੂੰ ਪਤਾ ਹੈ ਜੁਆਇੰਟ ਫਰਮ ਅਤੇ ਏਕਤਾ ਮੰਚ ਪੰਜਾਬ ਵੱਲੋਂ 10-11-12 ਦੀ ਜਿਹੜੀ ਸਮੂਹਿਕ ਛੁੱਟੀ ਭਰ ਕੇ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਸੀਗਾ। ਇਹ ਹੜਤਾਲ ਪੰਜਾਬ ਸਰਕਾਰ ਦੀ ਨਲੈਕੀ ਕਾਰਨ ਮੁਲਾਜ਼ਮਾਂ ਨੂੰ ਕਰਨੀ ਪਈ ਆ, ਅਤੇ ਜਿਹੜਾ ਪਾਵਰ ਕੌਮ ਐਂਡ ਟਰਾਂਸਪੋਰਟ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਵੀ ਇਹਨਾਂ ਦੀ ਹਮਾਇਤ ਕੀਤੀ ਗਈ ਆ, ਕਿਉਂਕਿ ਜਿਹੜਾ ਬਿਜਲੀ ਅਦਾਰਾ ਆ ਲਗਾਤਾਰ ਸਰਕਾਰ ਆ, ਚਾਹੇ ਸਰਕਾਰ ਜਿਹੜੀ ਮਰਜ਼ੀ ਹੋਵੇ, ਚਾਹੇ ਉਹ ਅਕਾਲੀ ਹੋਣ, ਕਾਂਗਰਸੀ ਹੋਣ, ਚਾਹੇ ਆ ਜਿਹੜੇ ਝਾੜੂ ਵਾਲੇ ਹੋਣ, ਹਰੇਕ ਸਰਕਾਰ ਨੇ ਬਿਜਲੀ ਅਦਾਰੇ ਦਾ ਨਿੱਜੀਕਰਨ ਦੀ ਜਿਹੜੀ ਨੀਤੀ ਆ ਉਸਨੂੰ ਪ੍ਰਾਈਵੇਟ ਕਰਨ ਦੇ ਦੌਰ ਦਿੱਤਾ ਹੋਇਆ ਹੈ। ਸਭ ਕੁਝ ਅਡਾਨੀਆਂ ਅੰਬਾਨੀਆਂ ਨੂੰ ਵੇਚਣ ਦਾ ਜਿਹੜਾ ਫੈਸਲਾ ਕੀਤਾ ਹੋਇਆ ਇਹਨਾਂ ਨੇ, ਅਤੇ ਜਿਹੜੀਆਂ ਆਹ ਜੁਆਇੰਟ ਫਰਮ ਅਤੇ ਏਕਤਾ ਮੰਚ ਪੰਜਾਬ ਦੀਆਂ ਪ੍ਰਮੁੱਖ ਮੰਗਾਂ ਨੇ, ਇੱਕ ਤਾਂ ਜਿਹੜੀ ਪੁਰਾਣੀ ਪੈਨਸ਼ਨ ਬਹਾਲ ਆ, ਇੱਕ DA ਦੀਆਂ ਕਿਸ਼ਤਾਂ ਜਿਹੜੀਆਂ ਸੀਗੀਆਂ ਉਹ ਵੀ ਇਹਨਾਂ ਨੇ ਸਰਕਾਰ ਨੇ ਪੈਂਡਿੰਗ ਪਈਆਂ ਆ, ਅਤੇ ਹੋਰ ਵੀ ਸਮੂਹ ਮੰਗਾਂ ਆ ਜਿਹੜੀਆਂ ਉਸ 'ਤੇ ਸਰਕਾਰ ਟੇਬਲ ਟਾਕ 'ਤੇ ਬੈਠ ਕੇ ਹਾਮੀ ਭਰ ਚੁੱਕੀ ਆ ਕਿ ਜਿਹੜੀਆਂ ਜਿੰਨੀਆਂ ਵੀ ਮੰਗਾਂ ਨੇ ਸਾਰੀਆਂ ਮੰਗਾਂ ਜਾਇਜ਼ ਨੇ, ਪਰ ਜਦੋਂ ਗੱਲ ਆਉਂਦੀ ਆ ਸਰਕਾਰ ਇਸ ਨੂੰ ਲਾਗੂ ਕਰਨ ਦੀ, ਮੈਨੇਜਮੈਂਟ ਵੀ ਮੁੱਕਰ ਗਈ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ETO ਜਿਹੜੇ ਉਹ ਵੀ ਮੁੱਕਰ ਗਏ, ਅਤੇ ਜਿਹੜੀ ਪੰਜਾਬ ਸਰਕਾਰ ਤਾਂ ਉਹ ਤਾਂ ਹੈ ਹੀ ਝੂਠ ਦੇ ਸਿਰ 'ਤੇ ਸਰਕਾਰ ਚੱਲਦੀ ਪਈ ਆ। ਬਿਲਕੁਲ ਨਹੀਂ ਜਾਣਗੇ ਜੀ। ਪਹਿਲਾਂ 3 ਦਿਨਾਂ ਦੇ ਵਿੱਚ CHP ਕਾਮੇ ਜਿਹੜੇ ਸੀਗੇ ਉਹ ਇੱਕ ਹਮਾਇਤ ਕਰ ਰਹੇ ਸੀਗੇ, ਅਤੇ ਪਿੱਛੇ ਜਿਹੜਾ ਸੀਗਾ ਮਾੜੀ ਮੋਟੀ ਜਿਹੜੀ ਕੰਪਲੀਟ ਸੀਗੀ ਉਹ ਚਲਾ ਰਹੇ ਸੀਗੇ, ਲੇਕਿਨ ਸਾਡਾ ਵੀ ਜਥੇਬੰਦੀ ਵੱਲੋਂ ਸਟੇਟ ਦਾ ਫੈਸਲਾ ਸੀਗਾ ਕਿ ਜੇਕਰ 13 ਤਰੀਕ ਤੱਕ ਸਰਕਾਰ ਇਹਨਾਂ ਦੀਆਂ ਮੰਗਾਂ ਜਿਹੜੀਆਂ ਮੰਨੀਆਂ ਮੰਗਾਂ ਨੂੰ ਲਾਗੂ ਨਹੀਂ ਕਰਦੀ, ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ, ਤਾਂ 13 ਰਾਤ 12 ਵਜੇ ਤੋਂ ਲੈ ਕੇ 17 ਤਰੀਕ ਤੱਕ ਜਿਹੜਾ ਆ ਇਹ ਹੜਤਾਲ ਜਿਹੜੀ ਅਸੀਂ ਵੀ ਕਰਨ, ਠੇਕਾ ਕੰਮ ਵੀ ਪੰਜਾਬ ਦਾ ਹੜਤਾਲ 'ਤੇ ਜਾਊਂਗਾ, ਕਿਉਂਕਿ ਜਿੱਥੇ ਆਪਾਂ ਦੇਖਦੇ ਹਾਂ ਕਿ ਇੱਕ ਰੈਗੂਲਰ ਮੁਲਾਜ਼ਮ ਦੀ ਸੁਣਵਾਈ ਨਹੀਂ ਸਰਕਾਰ ਕਰ ਲਈ ਤਾਂ ਠੇਕੇ ਵਾਲੇ ਦੀ ਕਿੱਥੋਂ ਕਰਨਗੇ। ਸੁਨੀਲ ਜੀ, ਲੋਕਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਪੇਸ਼ ਆਉਣਗੀਆਂ, ਅੱਤ ਦੀ ਗਰਮੀ ਵੀ ਹੈ, ਜੇਕਰ ਮੀਂਹ ਹਨੇਰੀ ਦਾ ਮੌਸਮ ਆਉਂਦਾ ਤਾਂ ਲਾਈਟ ਜਿਹੜੀ ਖਰਾਬ ਹੋ ਜਾਵੇਗੀ, ਫਿਰ ਲੋਕਾਂ ਨੂੰ ਕੀ ਹੁਣ ਕਹਿਣਾ ਚਾਹੁੰਦੇ? ਮੈਂ ਤਾਂ ਪਹਿਲੇ ਸਾਰੇ ਪੰਜਾਬ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ, ਇਹ ਸਾਡੀ ਮਜਬੂਰੀ ਆ, ਬਾਕੀ ਤੁਹਾਨੂੰ ਪਤਾ ਹੀ ਆ, ਮੀਂਹ ਆਵੇ, ਹਨੇਰੀ ਝੜੱਕੜ ਆਵੇ, ਦਿਨ ਰਾਤ ਤੁਹਾਨੂੰ ਨਿਰਵਿਘਨ ਅਸੀਂ ਸਪਲਾਈ ਦੇ ਰਹੇ ਹਾਂ, ਪਰ ਇੱਕ ਸਾਡੀ ਮੈਨੇਜਮੈਂਟ ਔਰ ਘਟੀਆ ਸਰਕਾਰ ਦੇ ਨੀਤੀਆਂ ਕਰਕੇ ਜੋ ਲਟਕ ਰਹੀਆਂ ਸਾਡੀਆਂ ਮੰਗਾਂ ਆ ਉਹ ਜਾਇਜ਼ ਆ, ਉਹਨੂੰ ਮੰਨ ਵੀ ਗਏ ਆ, ਪਰ ਉਹਦਾ ਨੋਟੀਫਿਕੇਸ਼ਨ ਜਾਰੀ ਨਹੀਂ ਕਰ ਰਹੇ, ਇਸ ਕਰਕੇ ਸਾਡੀ ਮਜਬੂਰੀ ਕਾਰਨ ਸਾਨੂੰ ਇਹ ਦਰੀਆਂ 'ਤੇ ਆਉਣਾ ਪਿਆ। ਜੇਕਰ ਕਿਸੇ ਤੇ ਕਾਰਨ ਵਸ ਲਾਈਟ ਖਰਾਬ ਹੁੰਦੀ ਹੈ ਤਾਂ 17 ਤਰੀਕ ਤੱਕ ਇਹ ਤੋਂ ਤੇ ਤਾਣਾ ਬਰਕਰਾਰ ਰਹੇਗਾ ਜੀ? ਬਿਲਕੁਲ ਜੀ, ਹੁਣ ਤਾਂ CHP ਵੀ ਰਾਤ ਦੇ 12 ਵਜੇ ਸਾਰਾ ਕੰਮ ਠੱਪ ਕਰਕੇ ਆ ਗਏ ਆ, ਹੁਣ ਜਿਹੜਾ ਬਿਜਲੀ ਆ ਮੇਰੇ ਹਿਸਾਬ ਨਾਲ ਰੱਬ ਆਸਰੇ ਚੱਲ ਰਿਹਾ ਆ, ਜਿੱਥੇ ਫਾਲਟ ਪਿਆ ਉਹ 17 ਤਰੀਕ ਤੱਕ ਠੀਕ ਨਹੀਂ ਹੋਣਾ ਪੰਜਾਬ 'ਚ। ਇਹਦੇ ਵਿੱਚ ਮੈਂ ਪਹਿਲੇ ਤੁਹਾਨੂੰ ਦੱਸ ਚੁੱਕਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ, ਪੰਜਾਬ ਦੇ ਲੋਕਾਂ ਤੋਂ ਅਸੀਂ ਮਾਫ਼ੀ ਮੰਗਦੇ ਹਾਂ, ਕਿਉਂਕਿ ਸਾਡੇ ਭੈਣ ਭਰਾ ਆ ਉਹ, ਪਰ ਜਿਹੜੀਆਂ ਘਟੀਆਂ ਸਰਕਾਰਾਂ ਔਰ ਘਟੀਆ ਮੈਨੇਜਮੈਂਟ ਕਰਕੇ
ਸਾਨੂੰ ਜਿਹੜੀ ਇਹ ਦਿੱਕਤ ਆ ਰਹੀ ਆ, ਸਾਡੀਆਂ ਦਿੱਕਤਾਂ ਦੂਰ ਕਰਨ। ਅਸੀਂ ਮੌਤ ਦੇ ਮੂੰਹ ਦੇ ਨਾਲ ਰੋਜ਼ ਖੇਡਦੇ ਹਾਂ, ਰੋਜ਼ ਮੌਤ ਦੇ ਮੂੰਹ 'ਚ ਜਾਂਦੇ ਹਾਂ, ਅਤੇ ਤਾਂ ਜਾ ਕੇ ਬਿਜਲੀ ਇਹਨਾਂ ਦੀ ਬਹਾਲ ਲੋਕਾਂ ਦੀ ਅਸੀਂ ਕਰਦੇ ਹਾਂ। ਦੇਖੋ ਜੀ, ਜਿਸ ਪਰਿਵਾਰ ਦਾ ਜੀ ਚਲੇ ਜਾਂਦਾ ਉਹ ਪਰਿਵਾਰ ਨੂੰ ਹੀ ਪਤਾ ਆ। ਉਹ ਸਾਨੂੰ ਬਹੁਤ, ਸਾਡੇ ਸਾਥੀ ਜਿਹੜਾ ਕੰਮ ਕਰਨ ਵਾਲਾ ਵਧੀਆ ਬੰਦਾ ਸੀ, ਧੱਕੇ ਨਾਲ ਉਹਦੀ ਜਿਹੜੀ ਡਿਊਟੀ ਆ ਉਹ ਗ੍ਰਿਡ 'ਤੇ ਲਾ ਦਿੱਤੀ ਗਈ। ਉਹ ਕਹਿੰਦਾ ਵੀ ਸੀ ਮੈਨੂੰ ਇੱਥੇ ਕੰਮ ਨਹੀਂ ਹੁੰਦਾ, ਜਿਹੜਾ ਮੇਰੇ ਕੋਲ ਬਣਦਾ ਕੰਮ ਉਹ ਲੈ ਲਓ। ਪਰ ਉਹਨੇ ਰਾਤ ਦੀ ਡਿਊਟੀ ਵੀ ਕੀਤੀ ਇਮਾਨਦਾਰੀ ਨਾਲ, ਪਰ ਸਵੇਰੇ ਪਤਾ ਨਹੀਂ ਉਹਦਾ ਮਨ ਪਰੇਸ਼ਾਨ ਹੋ ਗਿਆ, ਜਿਸ ਨਾਲ ਉਹ ਫਾਹ ਲੈ ਗਿਆ। We at GNA University see potential in everyone and everything around us. We drive innovation and entrepreneurship. We groom competent global citizens to affect positive change around them.